ਸੰਤਾਂ ਦੇ ਮਨ ਵਿੱਚ ਸੰਸਾਰ ਦਾ ਕੋਈ ਲੋਭ, ਮੋਹ ਜਾਂ ਖਿੱਚ ਨਹੀਂ ਸੀ ਰਹੀ। ਮਨ ਸਭ ਪ੍ਰਕਾਰ ਦੇ ਸਵਾਦਾਂ, ਵਾਸ਼ਨਾਵਾਂ ਤੋਂ ਉੱਪਰ ਉੱਠ ਗਿਆ ਸੀ। ਜਦੋਂ ਸੁਰਤ ਥੱਲੇ ਹੀ ਘੱਟ ਵੱਧ ਆਉਂਦੀ ਸੀ ਤਾਂ ਸੰਸਾਰ ਵੱਲ ਧਿਆਨ ਕੌਣ ਦਿੰਦਾ? ਸੁਰਤ ਤਾਂ ਇੱਕ ਹੀ ਹੈ, ਜਾਂ ਸੰਸਾਰ ਵੱਲ ਜਾਂ ਕਰਤਾਰ ਵੱਲ। ਸਾਖਤ ਪੁਰਸ਼ ਕੇਵਲ ਸੰਸਾਰ ਵੱਲ ਰੱਖਦਾ ਹੈ, ਆਮ ਆਦਮੀ ਦੋਵੇਂ ਪਾਸੇ ਰੱਖਣੀ ਚਾਹੁੰਦਾ ਹੈ। ਕੋਈ ਵਿਰਲਾ ਟਾਵਾਂ ਰਸੀੜਾ ਸੰਤਾਂ ਜਿਹਾ ਨਿਰੰਕਾਰ ਵੱਲ ਰੱਖਦਾ ਹੈ। ਆਪ ਦੀ ਲੱਤ 'ਤੇ ਇੱਕ ਜ਼ਖਮ ਹੋ ਗਿਆ, ਆਪ ਨੇ ਕੋਈ ਧਿਆਨ ਨਾ ਦਿੱਤਾ, ਕਦੇ ਕਦੇ ਸੇਕ ਛੱਡਣਾ। ਉਸ ਥਾਂ 'ਤੇ ਮੋਟੀ ਜਿਹੀ ਗੁੰਮੀ ਬਣ ਗਈ ਜੋ ਅਖੀਰ ਤੱਕ ਦੇਹ ਦੇ ਨਾਲ ਹੀ ਨਿਭੀ। ਇਸ ਅਵਸਥਾ ਵਿੱਚ ਗੁਰਬਾਣੀ ਨਖੇੜ ਨਖੇੜ ਕੇ ਪੜ੍ਹਦੇ, ਨਿਤਨੇਮ ਤੋਂ ਇਲਾਵਾ ਕੋਈ ਹੋਰ ਗ੍ਰੰਥ ਮਿਲਦਾ ਤਾਂ ਉਹ ਵੀ ਪੜ੍ਹਦੇ। ਮੱਲਾ ਸਿੰਘ ਹੋਰਾਂ ਕੋਲ ਅਕਸਰ ਜਾਂਦੇ, ਯੋਗ ਵਸਿਸ਼ਠ ਦੇ ਸਾਰੇ ਨੁਕਤੇ ਉਹ ਗੁਰਬਾਣੀ ਰਾਹੀਂ ਦੱਸਦੇ। ਇੱਕ ਪਰਮੇਸ਼ਰ ਹੈ, ਦੂਜਾ ਕੁਝ ਨਹੀਂ। ਇਹ ਦਿਸਦਾ ਸੰਸਾਰ ਸਿਰਫ ਮਨ ਦੀ ਕਲਪਨਾ ਹੈ। ਗਿਆਨ ਹੋਣ 'ਤੇ ਸਭ ਕੁਝ ਮਨ ਵਿੱਚ ਸਮਾ ਜਾਂਦਾ ਹੈ। ਜਿਵੇਂ ਸੁਪਨੇ ਵਿੱਚ ਇਹ ਅਹਿਸਾਸ ਨਹੀਂ ਹੁੰਦਾ ਕਿ ਸੁਪਨਾ ਝੂਠ ਹੈ, ਸਭ ਸੱਚ ਹੀ ਜਾਪਦਾ ਹੈ। ਜਦੋਂ ਜਾਗ ਖੁੱਲ੍ਹਦੀ ਹੈ ਫਿਰ ਪਤਾ ਲੱਗਦਾ ਹੈ ਕਿ ਇਹ ਝੂਠ ਸੀ। ਇੰਝ ਹੀ ਇਹ ਸੰਸਾਰ ਹੈ। ਗਿਆਨ ਹੋਣ 'ਤੇ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਇਹ ਜੱਗ ਧੂੰਏ ਦਾ ਪਹਾੜ ਹੈ। ਗਿਆਨ ਹੋਣ 'ਤੇ ਪਹਿਲੀ ਗੱਲ ਇਹ ਸਪਸ਼ਟ ਹੋ ਜਾਂਦੀ ਹੈ ਕਿ ਸੰਸਾਰ ਨਾਸ਼ਵਾਨ ਹੈ। ਇਹ ਸਭ ਅੰਤਰਾਤਮੇ ਦੀ ਸੋਝੀ ਹੋਣੀ ਹੈ। ਆਪਣੇ ਆਪ ਨੂੰ ਆਪਣਾ ਗਿਆਨ ਹੋਣਾ ਹੈ। ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਬਾਹਰੋਂ ਕੁਝ ਨਹੀਂ ਹੋਣਾ, ਅੰਦਰੋਂ ਹੀ ਸਭ ਕੁਝ ਲੱਭਣਾ ਹੈ। ਇਹ ਮਾਇਆ ਧਾਤ ਹੈ, ਆਤਮਾ ਲਿਵ ਹੈ। ਮਾਇਆ ਬਦੋ ਬਦੀ ਮਨੁੱਖੀ ਮਨ ਨੂੰ ਸੰਗਲ ਪਾ ਲੈਂਦੀ ਹੈ। ਅਰਸ਼ੀ ਉਡਾਰੀਆਂ ਨਹੀਂ ਭਰਨ ਦਿੰਦੀ। ਜਿਹੜੀ ਵੀ ਚੀਜ਼ ਨਾਲ ਪ੍ਰਭੂ ਵਿਸਰੇ ਉਹੀ ਮਾਇਆ ਹੈ। ਅਗਿਆਨੀ ਮਨ ਗ੍ਰੰਥ ਪੜ੍ਹ ਪੜ੍ਹ ਕੇ ਜਿੰਨਾ ਆਖੇ, ਨਾ ਜਨਮ ਹੈ, ਨਾ ਮਰਨ ਹੈ, ਨਾ ਦੁੱਖ ਹੈ, ਨਾ ਸੋਗ ਹੈ, ਨਾ ਪਾਪ ਹੈ, ਨਾ ਪੁੰਨ ਹੈ। ਮੈਂ ਤਾਂ ਅਸ਼ੁੱਧ ਆਤਮਾ ਹਾਂ, ਪਰ ਜਦੋਂ ਕਿਤੇ ਮਾਸਾ ਜਿੰਨਾ ਵੀ ਕੰਡਾ ਚੁਭੇ, ਸਰੀਰ 'ਚੋਂ ਕੋਈ ਵਿਗਾੜ ਆ ਜਾਵੇ, ਕਿਸੇ ਪਿਆਰੇ ਦੀ ਮੌਤ ਹੋ ਜਾਵੇ, ਅੱਖਾਂ ਸਾਹਮਣੇ ਰੂਪ ਰਸ ਆ ਜਾਵੇ, ਉਸੇ ਵੇਲੇ ਅੰਦਰ ਡੋਲ ਜਾਂਦਾ ਹੈ। ਵਿਕਾਰਾਂ ਦੀਆਂ ਸਭ ਲਹਿਰਾਂ ਠਾਠਾਂ ਮਾਰਨ ਲੱਗ ਪੈਂਦੀਆਂ ਹਨ। ਗਿਆਨ ਗੱਲਾਂ ਨਾਲ ਨਹੀਂ, ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਆਪਣੇ ਅਨੁਭਵ ਨਾਲ ਹੋਣਾ ਹੈ। ਇਸ ਤਰ੍ਹਾਂ ਗੁਰਬਾਣੀ ਦੇ ਇੱਕ ਇੱਕ ਅੱਖਰ ਨੂੰ ਸੰਤਾਂ ਨੇ ਆਪਣੇ ਅਨੁਭਵ ਵਿੱਚ ਲਿਆਉਣ ਲਈ ਕਰੜਾ ਤਪ ਕੀਤਾ, ਹਰ ਵੇਲੇ ਅੰਤਰਾਤਮਾ ਜੁੜੇ ਰਹਿਣਾ, ਵੇਖ ਕੇ ਬਿਆਨ ਡਿੱਠ ਕਰਨਾ। ਇਸ ਅਵਸਥਾ ਵਿੱਚ ਜਿੰਨੇ ਵੀ ਲੋਕਾਂ ਨੇ ਉਹਨਾਂ ਨੂੰ ਵੇਖਿਆ, ਉਹ ਦੱਸਦੇ ਸਨ ਕਿ ਉਹ ਅਵਸਥਾ ਬਿਆਨ ਤੋਂ ਪਰੇ ਹੈ। ਭਾਈ ਮੱਲਾ ਸਿੰਘ ਅਗਸਤ 1946 ਵਿੱਚ ਅਕਾਲ ਚਲਾਣਾ ਕਰ ਗਏ, ਦੱਸਦੇ ਸਨ ਕਿ ਚਲਾਣੇ 'ਤੇ ਕੁਝ ਸਮਾਂ ਪਹਿਲਾਂ ਉਹਨਾਂ ਬਚਨ ਕੀਤਾ ਸੀ ਕਿ ਹਜ਼ਾਰਾਂ ਸਿਆਂ ਤੂੰ ਸਾਥੋਂ ਅਗਾਂਹ ਲੰਘ ਗਿਆ। ਕਿਵੇਂ ਅਗਾਂਹ ਲੰਘ ਗਏ, ਕੀ ਹੋਇਆ, ਅਸੀਂ ਕੀ ਜਾਣੀਏ, ਬ੍ਰਹਮ ਗਿਆਨੀ ਕੀ ਗੱਤ, ਬ੍ਰਹਮ ਗਿਆਨੀ ਜਾਣੇ। ਮਹਾਰਾਜ ਹਰਨਾਮ ਸਿੰਘ ਜੀ ਗਿਲੇ ਵਾਲੇ ਇੱਕ ਦੋਹਰਾ ਪੜ੍ਹਦੇ ਹੁੰਦੇ ਸਨ, ਜਿਨ੍ਹਾਂ ਦੇ ਅੰਦਰ ਰਤੀ ਪ੍ਰੇਮ ਦੀ, ਉਹ ਬਿਨ ਅਮਲਾਂ ਤੋਂ ਖੀਵੇ ਰਾਮ, ਅੱਠੇ ਪਹਿਰ ਮਹਿਲ ਵਿੱਚ ਚਾਨਣ, ਬਲਨ ਪ੍ਰੇਮ ਦੇ ਦੀਵੇ ਰਾਮ। ਗੁਰੂ ਨਾਨਕ ਦੇ ਘਰ ਅੰਮ੍ਰਿਤ ਵਰਸੇ, ਵਿਰਲਾ ਗੁਰਮੁਖ ਪੀਵੇ ਰਾਮ, ਮਿਹਨਤ ਕਰ ਕਰ ਲਾਲ ਵਿਹਾਜੇ, ਸਫਲ ਦਿਨਾਂ ਦਾ ਜੀਵੇ ਰਾਮ। ਹੁਣ ਸੁਰਤ ਇੱਕ ਟੱਕ ਨਾਮ ਵਿੱਚ ਲੀਨ ਰਹਿੰਦੀ, ਰਸਨਾ ਨਾ ਪ੍ਰਤੀ ਲਾਲ ਗਲਾਲ ਹੋਈ ਰਹਿੰਦੀ, ਆਖਾਂ ਜੀਵਾਂ ਵਿਸਰੈ ਮਰ ਜਾਓ ਵਾਲੀ ਗੱਲ ਸੀ। ਖਰਦਰ ਦੇ ਤਿੰਨ ਕੱਪੜੇ ਹੀ ਸਰੀਰ 'ਤੇ ਹੁੰਦੇ, ਕਈ ਹਾੜ ਸਿਆਲ ਇੰਝ ਹੀ ਪਿੰਡੇ 'ਤੇ ਹੰਢਾਏ। ਪਿੰਡ ਦੇ ਬਾਹਰ ਬਾਹਰ ਖੂਹੀ ਸੀ, ਉੱਥੋਂ ਇਸ਼ਨਾਨ ਕਰ ਲੈਣਾ, ਕਈ ਵਾਰੀ ਸਰਦੀਆਂ ਵਿੱਚ ਹੀ ਵੀ ਪਿੰਡ ਦੇ ਲਾਗੇ ਸੂਏ ਤੋਂ ਇਸ਼ਨਾਨ ਕਰਨਾ।